ਆਪਾਂ ਤੁਹਾਡੇ ਕੇਸ 'ਚ ਦੇਖਿਆ ਕਿੰਨੀ ਪੁਰਾਣੀ ਸ਼ੂਗਰ ਸੀ ਤੁਹਾਡੀ? ਸਰ ਮੈਂ 32 ਸਾਲ ਉਮਰ ਹੈ, 19 ਸਾਲ ਦੀ ਉਮਰ 'ਚ ਮੈਨੂੰ ਸ਼ੂਗਰ ਹੋ ਗਈ। 19 ਸਾਲ ਦੀ ਉਮਰ 'ਚ ਸ਼ੂਗਰ ਹੋ ਗਈ ਸੀ ਅਤੇ ਆਪਣਾ ਕਿੰਨੀ ਇੰਸੂਲਿਨ ਕਿੰਨੀ ਚੱਲਦੀ ਸੀ ਤੁਹਾਡੀ? 70 ਯੂਨਿਟ ਸਵੇਰ 70 ਸ਼ਾਮ। ਪਹਿਲਾਂ ਮੈਂ 3 ਟਾਈਮ ਇੰਜੈਕਸ਼ਨ ਲੈਂਦਾ ਜੀ, ਬਾਅਦ 'ਚ ਬਟ ਮੈਂ 2 ਟਾਈਮ 70-70 ਕਰਦਾ। 70-70 ਚੱਲਦਾ ਸੀ। 70-70 ਲਾ ਕੇ ਕਿੰਨੀ ਰਹਿੰਦੀ ਸੀ ਸ਼ੂਗਰ? 250-300-400 ਤੱਕ ਵੀ ਹੋ ਜਾਂਦੀ ਸੀ। ਅੱਛਾ। ਅੱਛਾ, ਫਿਰ ਹੁਣ ਜਦੋਂ ਤੁਹਾਡਾ ਇਹ ਮਿਨੀ ਗੈਸਟ੍ਰਿਕ ਬਾਈਪਾਸ ਕੀਤਾ, ਹਾਂਜੀ, ਉਸ ਤੋਂ ਬਾਅਦ ਇਨਸੂਲਿਨ ਆਪਾਂ ਕਿੰਨੇ ਦਿਨਾਂ ਵਾਸਤੇ ਲਾਈ? ਫਿਰ 1 ਜਾਂ 2 ਦਿਨ ਪਹਿਲੇ 1-2 ਦਿਨ ਇਨਸੂਲਿਨ ਲੱਗੀ, ਉਸ ਤੋਂ ਬਾਅਦ ਇਨਸੂਲਿਨ ਬੰਦ ਹੋ ਗਈ, ਫਿਰ ਇਨਸੂਲਿਨ ਦੀ ਲੋੜ ਨਹੀਂ ਪਈ ਹੈ? ਬਿਲਕੁਲ ਨਹੀਂ। ਅੱਛਾ, ਅਤੇ ਹੋਇਆ ਤੁਹਾਡਾ ਜਨਵਰੀ 'ਚ? 26 ਜਨਵਰੀ। 26 ਜਨਵਰੀ, ਹਾਂਜੀ। ਸੋ ਹੁਣ ਹੈ ਅਪ੍ਰੈਲ ਆ ਗਿਆ, ਤਕਰੀਬਨ ਜਾਣੀ 2.5-3 ਮਹੀਨੇ ਹੋ ਗਏ, ਹੈ ਨਾ? ਹਾਂਜੀ। ਸੋ ਓਕੇ, ਖਾਣ ਵਾਸਤੇ ਕਿੰਨਾ ਤੁਸੀਂ ਕਿੰਨੀ ਰੋਟੀ ਖਾ ਲੈਂਦੇ ਹੋ ਇੱਕ ਟਾਈਮ 'ਤੇ? ਦੋ ਫੁਲਕੇ ਖਾ ਜਾਣਾ। ਸੋ ਇਹ ਜਿਹੜਾ ਹੈਗਾ ਓਪਰੇਸ਼ਨ, ਇਹਦੇ 'ਚ ਜਿਵੇਂ ਹੁਣ ਤੁਸੀਂ 2 ਫੁਲਕੇ ਖਾ ਜਾਂਦੇ ਹੋ, ਅਸੀਂ ਤੁਹਾਡਾ ਪਾਊਚ ਥੋੜ੍ਹਾ ਜਿਹਾ ਖੁੱਲ੍ਹਾ ਰੱਖਿਆ ਹੋਇਆ ਤਾਂ ਕਿ ਤੁਸੀਂ ਖਾ ਸਕੋ, ਅਤੇ ਬਾਈਪਾਸ ਥੋੜ੍ਹਾ ਲੰਬਾ ਕੀਤਾ ਹੋਇਆ ਤਾਂ ਕਿ ਜਿਹੜਾ ਇਹਦਾ ਮੈਟਾਬੋਲਿਕ ਇਫੈਕਟ ਆ ਸਰਜਰੀ ਦਾ, ਕਿਉਂਕਿ ਸਰਜਰੀ ਦੀਆਂ 2 ਉਹ ਨੇ, ਆਰਮਸ ਨੇ। ਇੱਕ ਤਾਂ ਹੈਗਾ ਵੀ ਭਾਰ ਘਟਾਉਣ ਲਈ ਆ, ਜਿਹੜੀ ਸਿਰਫ ਉਹ ਹੈਗਾ ਵੀ ਕਿੰਨਾ ਪਾਊਚ ਨੂੰ ਆਪਾਂ ਕਿੰਨਾ ਟਾਈਟ ਕਰਨਾ, ਠੀਕ ਹੈ? ਪਾਊਚ ਛੋਟਾ ਕਰ ਦਈਏ ਥੋੜ੍ਹੀ ਕਪੈਸਿਟੀ ਬਹੁਤ ਘੱਟ ਫਿਰ ਖਾਣ ਵਾਲੀ ਰਹੂਗੀ, ਅਤੇ ਨਾਲੇ ਬਾਈਪਾਸ ਜੇ ਲੰਬਾ ਕਰ ਦਈਏ ਫਿਰ ਉਹ ਹੋਰ ਭਾਰ ਵੀ ਘੱਟ ਜਾਂਦਾ ਅਤੇ ਨਾਲੇ ਸ਼ੂਗਰ ਅਤੇ ਕੋਲੈਸਟਰੋਲ ਇਹ 'ਚ ਵੀ ਸਿਗਨੀਫਿਕੈਂਟ ਇੰਪਰੂਵਮੈਂਟ ਹੁੰਦੀ ਆ। ਸੋ ਇਹ ਚੀਜ਼ ਸਾਨੂੰ ਇਹਦੇ 'ਚ ਮਿਨੀ ਗੈਸਟ੍ਰਿਕ ਬਾਈਪਾਸ ਦੇ ਵਿੱਚ ਵਧੀਆ ਇਹੀ ਲੱਗਦੀ ਆ ਕਿ ਇਹਨੂੰ ਆਪਾਂ ਟੇਲਰ ਕਰ ਸਕਦੇ ਹਾਂ, ਜਿਵੇਂ ਤੁਹਾਡੀ ਲੋੜ ਸੀ ਜ਼ਿਆਦਾ ਸ਼ੂਗਰ ਵਾਸਤੇ, ਠੀਕ ਹੈ? ਸ਼ੂਗਰ ਲਈ ਆਪਾਂ ਬਾਈਪਾਸ ਲੰਬਾ ਕਰ ਲਿਆ, ਪਾਊਚ ਖੁੱਲ੍ਹਾ ਕਰ ਲਿਆ, ਤੁਸੀਂ ਆਪਣੀ ਰੋਟੀ ਖਾਈ ਜਾਂਦੇ ਹੋ, ਬਟ ਸ਼ੂਗਰ ਆਪਣਾ ਜਿਹੜਾ ਹੈਗਾ ਇਨਸੂਲਿਨ ਆਪਣੀ ਬੰਦ ਹੋ ਗਈ। ਅਤੇ ਇਸੇ ਤਰ੍ਹਾਂ ਹੀ ਕੋਲੈਸਟਰੋਲ ਦੇ ਵਿੱਚ ਵੀ ਇੰਪਰੂਵਮੈਂਟ ਹੁੰਦੀ ਆ। ਕਈ ਪੇਸ਼ੈਂਟਸ ਨੂੰ ਫੈਮਿਲੀ ਹਿਸਟਰੀ ਹੁੰਦੀ ਆ ਵੀ ਜੀ ਹਾਰਟ ਅਟੈਕ, ਫਾਦਰ ਨੂੰ, ਦਾਦਾ ਜੀ ਨੂੰ, ਸਾਰਿਆਂ ਤੁਹਾਡੇ ਵੀ ਹੁੰਦੇ ਆ, ਸੋ ਆਪਾਂ ਉਹਦੇ ਤੋਂ ਵੀ ਬਚਦੇ ਹਾਂ ਇਹਦੇ ਨਾਲ। ਹੁਣ ਜਦੋਂ ਤੁਸੀਂ ਕੋਲੈਸਟਰੋਲ ਚੈੱਕ ਕਰਾਓਗੇ ਤੁਹਾਡਾ ਨਾਰਮਲ ਆਊਗਾ। ਸੋ ਮੈਨ ਹਾਂਜੀ, ਸੋ ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਇਹ ਬੇਸਿਕਲੀ ਕੀ ਆ, ਇਹ ਮੈਟਾਬੋਲਿਕ ਡਿਫੈਕਟ ਆ। ਸੋ ਬਾਡੀ ਦੇ ਵਿੱਚ ਇਨਹੈਰੈਂਟ ਡਿਫੈਕਟ ਆ ਮੈਟਾਬੋਲਿਕ। ਸੋ ਸਾਨੂੰ ਇਹ ਲੱਗਦਾ ਕਿ ਤੁਹਾਡੀ ਜਿਹੜੀ ਸ਼ੂਗਰ ਜਿਵੇਂ 19 ਸਾਲ ਦੀ ਉਮਰ 'ਚ ਹੋ ਗਈ ਸੀਗੀ, ਉਹਦੇ ਵਿੱਚ ਕੁਛ ਕੰਪੋਨੈਂਟ ਟਾਈਪ 1 ਦਾ ਵੀ ਹੈਗਾ। ਜਿਹੜੀ ਡਾਇਬਟੀਜ਼ ਆ 2 ਤਰ੍ਹਾਂ ਦੀ ਆ, ਟਾਈਪ 1 ਐਂਡ ਟਾਈਪ 2। ਜਿਹੜੀ ਯੰਗ ਪੇਸ਼ੈਂਟਸ ਨੂੰ ਹੋ ਜਾਂਦੀ ਆ ਉਹਨੂੰ ਟਾਈਪ 1 ਨਹੀਂ ਗਿਣਦੇ ਆ। ਸੋ ਆਲਦੋ ਜਿਹੜੀਆਂ ਰਿਪੋਰਟਸ ਸੀਗੀਆਂ ਉਹ ਸ਼ੋਅ ਕਰਦੀਆਂ ਸੀ ਤੁਹਾਡੀਆਂ ਵੀ ਟਾਈਪ 2 ਦਾ ਕੰਪੋਨੈਂਟ ਹੈਗਾ ਉਹਦੇ 'ਚ, ਬਟ ਵਟ ਆਈ ਫੀਲ ਇਜ਼ ਕਿ ਕਲੀਨਿਕਲੀ ਜਿਹੜਾ ਹੈਗਾ ਤੁਹਾਡਾ ਟਾਈਪ 1 ਦਾ ਕੰਪੋਨੈਂਟ ਵੀ ਹੈਗਾ ਉਹਦੇ 'ਚ, ਟਾਈਪ 2 ਦਾ ਵੀ ਹੈਗਾ, ਬਟ ਸਟਿਲ ਜਿਹੜਾ ਰਿਸਪੋਂਸ ਆ ਤੁਹਾਡਾ ਸ਼ੂਗਰ ਦਾ ਇਸ ਓਪਰੇਸ਼ਨ ਨੂੰ ਬਹੁਤ ਵਧੀਆ। ਅਤੇ ਇਹਦੇ ਵਾਸਤੇ ਸ਼ੂਗਰ ਲਈ ਹੋਰ ਵੀ ਕਈ ਤਰ੍ਹਾਂ ਦੇ ਓਪਰੇਸ਼ਨ ਆਏ ਹੈਗੇ ਆ, ਚੱਲ ਰਹੇ ਆ ਪੇਟ ਦੇ ਵਿੱਚ ਹੀ, ਜਿਹੜੇ ਆ ਕਨੈਕਸ਼ਨ ਨੇ ਉਹਨੂੰ ਅਲੱਗ ਅਲੱਗ ਤਰੀਕੇ ਨਾਲ ਬਣਾਇਆ ਜਾ ਸਕਦਾ, ਬਟ ਜਿਹੜਾ ਮਿਨੀ ਗੈਸਟ੍ਰਿਕ ਬਾਈਪਾਸ ਆ ਇਹ ਸਾਨੂੰ ਇੱਦਾਂ ਲੱਗਦਾ ਕਿ ਸਿੰਪਲ ਬਹੁਤ ਆ, 35-40 ਮਿੰਟ 'ਚ ਓਪਰੇਸ਼ਨ ਹੋ ਜਾਂਦਾ, ਰਿਸਕ ਘੱਟ ਹੈ ਜੇ ਕੋਈ ਪ੍ਰੋਬਲਮ ਆ ਜੇ, ਜਿਵੇਂ ਹੁਣ ਤੁਹਾਡਾ ਲੰਬਾ ਬਾਈਪਾਸ ਕੀਤਾ ਹੋਇਆ। ਸੋ ਜੇ ਆਪਾਂ ਨੂੰ ਲੱਗੇ ਕਿ ਜੀ ਬਾਈਪਾਸ ਬਹੁਤ ਜ਼ਿਆਦਾ ਲੰਬਾ ਹੋ ਗਿਆ, ਕਿਉਂਕਿ ਆਪਾਂ ਐਗਜੈਕਟ ਤਾਂ ਪ੍ਰਡਿਕਟ ਨਹੀਂ ਕਰ ਸਕਦੇ ਵੀ ਕਿੰਨਾ ਕਰਨਾ, ਕਿਉਂਕਿ ਗੋਡ ਨੇ ਇਹਨੂੰ ਮਾਰਕ ਤਾਂ ਕੀਤਾ ਨਹੀਂ ਇੰਟਸਟਾਈਨ ਨੂੰ ਵੀ ਜੀ ਇੰਨਾ ਬਾਈਪਾਸ ਕਰ ਦਿਉ ਤਾਂ ਐਂ ਹੋਜੂਗਾ। ਸੋ ਜੇ ਕੁਛ ਜ਼ਿਆਦਾ ਹੋ ਜੇ, ਕੋਈ ਪ੍ਰੋਬਲਮ ਆਪਾਂ ਨੂੰ ਲੱਗੇ ਕਿ ਜੀ ਜ਼ਿਆਦਾ ਕੋਈ ਡੈਫੀਸ਼ੈਂਸੀ ਆ ਰਹੀ ਆ, ਤਾਂ ਇਹਨੂੰ ਆਪਾਂ ਰਿਵਰਸ ਵੀ ਕਰ ਸਕਦੇ ਹਾਂ। ਸੋ ਮਿਨੀ ਗੈਸਟ੍ਰਿਕ ਬਾਈਪਾਸ ਦੀ ਜਿਹੜੀ ਆ ਇਹ ਜਿਹੜੀ ਐਡਡ ਐਡਵਾਂਟੇਜ ਆ ਕਿ ਇਟ ਇਜ਼ ਈਜ਼ੀਲੀ ਰਿਵਰਸਬਲ। ਤੁਸੀਂ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਇਹ ਸਾਰਾ ਸਰਚ ਕੀਤਾ ਸੀਗਾ ਡਿਫਰੈਂਟ ਤਰ੍ਹਾਂ ਦੇ ਬਾਈਪਾਸ ਅਤੇ ਹੋਰ ਕਿਹੜੇ ਕਿਹੜੇ ਹੁੰਦੇ ਆ? ਨੈਟ 'ਤੇ ਸਾਰਾ ਦੇਖਿਆ। ਹਾਂਜੀ ਹਾਂਜੀ, ਬਾਇਲ ਰਿਫਲਕਸ ਬਾਰੇ ਵੀ ਆਪਣੀ ਗੱਲ ਹੋਈ ਸੀ ਤੁਹਾਡੇ ਨਾਲ। ਹਾਂਜੀ, ਵੀ ਜਿਹੜਾ ਇਹ ਮਿਨੀ ਗੈਸਟ੍ਰਿਕ ਬਾਈਪਾਸ ਆ ਇਹਦੇ ਨਾਲ ਕੀ ਪ੍ਰੋਬਲਮ ਹੋ ਸਕਦੀ ਆ, ਅਲਸਰ ਵਗੈਰਾ ਦੀ ਜਾਂ ਕੋਈ ਡ੍ਰਿੰਕ ਵਗੈਰਾ ਜਾਂ ਸਮੋਕਿੰਗ ਵਗੈਰਾ? ਹਾਂ, ਸਮੋਕਿੰਗ ਡ੍ਰਿੰਕ। ਹਾਂ, ਅਤੇ ਇਹ ਦੱਸੋ ਵੀ ਕਦੇ ਕੋਈ ਤੁਹਾਨੂੰ ਉਲਟੀ ਤਾਂ ਨਹੀਂ ਆਈ? ਨਹੀਂ, 1-2 ਵਾਰ ਫੀਲਿੰਗ ਜ਼ਰੂਰ ਆਈ ਹੋਵੇ। ਅੱਛਾ, ਥੋੜ੍ਹਾ ਡਾਈਟ ਲੈਣ ਨਾਲ। ਵੈਸੇ ਇੱਦਾਂ ਕੋਈ ਉਲਟੀ ਉੱਦਾਂ ਨਹੀਂ ਹੈ, ਕੋਈ ਹਰੇ ਰੰਗ ਦੀ ਉਲਟੀ ਆਉਂਦੀ ਹੋਵੇ ਇੱਦਾਂ? ਵੋਮਿਟਿੰਗ ਕਦੇ ਆਈ ਨਹੀਂ? ਬਿਲਕੁਲ ਕਦੇ ਆਈ ਨਹੀਂ। ਬਿਲਕੁਲ, ਓਕੇ, ਦੈਟਸ ਗੁੱਡ।